ਭਾਅ ਜੀ, ਤੁਸੀਂ ਇੱਥੋਂ ਦੇ ਇੰਚਾਰਜ ਹੋਗੇ, ਤੁਹਾਡੀ ਦੇਖ ਰਹੇ ਸਿਲਾਈ ਸੈਂਟਰ ਚੱਲ ਰਿਹਾ, ਅੱਜ ਮੈਡਮ ਜੀਤ ਦਈਆ ਜੀ ਨੇ ਇਹਦਾ ਉਦਘਾਟਨ ਕੀਤਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਮੈਂ ਪੰਜਾਬ ਪ੍ਰਧਾਨ ਜੀਤ ਦਈਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਕਿ ਮੈਂ ਪੰਜਾਬ ਪ੍ਰਧਾਨ ਜੀਤ ਦਈਆ ਜੀ ਅੱਗੇ ਬੇਨਤੀ ਕੀਤੀ ਸੀ ਕਿ ਮੈਡਮ ਮੇਰੇ ਪਿੰਡ ਵਿੱਚ ਤਕਰੀਬਨ 75 ਸਾਲ ਹੋ ਗਏ ਕੋਈ ਫ੍ਰੀ ਸਿਲਾਈ ਸੈਂਟਰ ਨਹੀਂ ਆਇਆ ਹੈਗਾ ਜੀ, ਤਾਂ ਇਹਨਾਂ ਨੇ ਜੀ ਮੇਰੀ ਬੇਨਤੀ ਕਬੂਲ ਕਰਕੇ ਅਤੇ ਪਿੰਡ ਹਾਕਮਵਾਲਾ ਵਿੱਚ ਫ੍ਰੀ ਸਿਲਾਈ ਸੈਂਟਰ ਖੋਲ੍ਹ ਦਿੱਤਾ ਹੈ ਜੀ, ਬਿਲਕੁਲ ਫ੍ਰੀ ਹੈ ਜੀ, ਸਾਰੀਆਂ ਭੈਣਾਂ ਬਹੁਤ ਖੁਸ਼ ਨੇ ਜੀ, ਕਿਸੇ ਕੋਲੋਂ ਵੀ ਕੋਈ ਫੀਸ ਵਗੈਰਾ ਨਹੀਂ ਲਈ ਗਈ ਹੈ ਜੀ। ਇਸ ਸੈਂਟਰ ਵਿੱਚ ਜੀ 14 ਕਿਸਮਾਂ ਦਾ ਕੋਰਸ ਕਰਵਾਇਆ ਜਾ ਰਿਹਾ ਹੈ ਜੀ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਮੈਡਮ ਜੀਤ ਦਈ ਜੀ। ਜੀ, ਤੁਸੀਂ ਇੱਥੇ ਲੜਕੀਆਂ ਨੂੰ ਜਿਹੜੀ ਟ੍ਰੇਨਿੰਗ ਦੇ ਰਹੇ ਹੋਗੇ, ਯਾਨੀ ਕਿ ਸਿਲਾਈ ਸੈਂਟਰ ਦੇ ਵਿੱਚ ਕਿੰਨੀਆਂ ਲੜਕੀਆਂ ਤੁਹਾਡੇ ਕੋਲ ਕੰਮ ਕਰਦੀਆਂ ਹੈ? ਸਾਡੇ ਕੋਲ 80 ਦੇ ਕਰੀਬ ਲੜਕੀਆਂ ਨੇ ਜੋ ਕੰਮ ਸਿੱਖ ਰਹੀਆਂ ਨੇਗੀਆਂ। ਹਾਂਜੀ ਹਾਂਜੀ। ਤੇ ਕਿਹੜੇ ਕਿਹੜੇ ਕੋਰਸ ਕਰਵਾ ਰਹੇ ਜੀ? ਅਸੀਂ ਸਿਲਾਈ ਕਢਾਈ ਜੀ, 14 ਕਿਸਮਾਂ ਦੀ ਪੇਂਟਿੰਗ, ਬਾਕੀ 5 ਕੋਰਸ ਫ੍ਰੀ ਹੋ ਰਹੇ ਆ ਜੀ, ਬੁੱਕੇ, ਟੈਡੀ ਬੀਅਰ ਵਗੈਰਾ, ਫੁਲਕਾਰੀ ਵਰਕੀ, ਸਾਰਾ ਕੁਛ ਅਸੀਂ ਸਿਖਾ ਰਹੇ ਹਾਂ। ਅਤੇ ਜਿਹੜੀ ਇਹ ਸੰਸਥਾ ਏਕਨੂਰ ਵੈਲਫੇਅਰ ਆ, ਯਾਨੀ ਕਿ ਜਿਹਦੇ ਦਈਏ ਜੀ ਪ੍ਰਧਾਨ ਨੇ, ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ, ਕਿਸ ਤਰ੍ਹਾਂ ਦਾ ਇਹਨਾਂ ਵੱਲੋਂ ਰਿਸਪੋਂਸ ਮਿਲ ਰਿਹਾ? ਸਾਨੂੰ ਵਧੀਆ ਰਿਸਪੋਂਸ ਮਿਲ ਰਿਹਾ ਜੀ ਉਹਨਾਂ ਕੋਲ, ਜਦੋਂ ਵੀ ਅਸੀਂ ਮੈਡਮ ਨੂੰ ਕੋਈ ਮਤਲਬ ਪ੍ਰੋਬਲਮ ਆਉਂਦੀ ਹੈ ਜੀ, ਜਦੋਂ ਕਹਿੰਦੇ ਹਾਂ ਜੀ ਉਹਨਾਂ ਨੇ ਸਾਡੀ ਪ੍ਰੋਬਲਮ ਮਿੰਟ ਦੇ ਵਿੱਚ ਸੋਲਵ ਕਰ ਦਿੰਦੇ ਜੀ, ਸਾਨੂੰ ਕੋਈ ਮਤਲਬ ਟੈਨਸ਼ਨ ਲੈਣ ਦੀ ਕੋਈ ਦਿੱਕਤ ਨਹੀਂ ਪੈਂਦੀ ਜੀ, ਵੀ ਸਾਡੇ ਮਾਇੰਡ ਵਿੱਚ ਕੋਈ ਪ੍ਰੈਸ਼ਰ ਹੋਵੇ ਜੀ, ਵੀ ਸਾਨੂੰ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤਾਰੀ ਹੋਵੇ ਜੀ, ਸਾਨੂੰ ਮੈਡਮ 20 ਮਿੰਟ ਸੋਲਵ ਕਰ ਦਿੰਦੇ ਜੀ ਮਿੰਟ ਦੇ ਵਿੱਚ। ਅਸੀਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਅੱਜ ਸਾਡੇ ਰਾਣਾ ਸਿਲਾਈ ਸੈਂਟਰ ਦਾ ਉਦਘਾਟਨ ਹੋਇਆ ਜੀ, ਅਸੀਂ ਬਹੁਤ ਖੁਸ਼ ਹਾਂ ਜੀ, ਸਾਰਾ ਸਿਲਾਈ ਸੈਂਟਰ ਖੁਸ਼ ਹੈ ਜੀ, ਸਾਰੀਆਂ ਭੈਣਾਂ ਖੁਸ਼ ਨੇ ਜੀ, ਅਸੀਂ ਖੁਦ ਤੋਂ ਮੈਡਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਡਮ ਜੀ, ਜੋ ਅੱਜ ਤੁਸੀਂ ਇੱਥੇ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ, ਕਿਹੜੀ ਸੰਸਥਾ ਤੁਹਾਡੀ, ਕਿੱਧਰੋਂ, ਕਿਹਦੇ ਵੱਲੋਂ ਕੀਤਾ ਗਿਆ? ਹਾਂਜੀ, ਜੋ ਅੱਜ ਪਿੰਡ ਹਾਕਮਵਾਲਾ ਦੇ ਵਿੱਚ ਜੋ ਕਿ ਸਾਡਾ 2 ਮਹੀਨਿਆਂ ਤੋਂ ਸੈਂਟਰ ਚੱਲ ਰਿਹਾ ਸੀਗਾ, ਜੋ ਸੈਂਟਰ ਚੱਲ ਰਿਹਾ ਸੀ ਉਹਦਾ ਉਦਘਾਟਨ ਬਾਕੀ ਸੀਗਾ, ਕਿਉਂਕਿ ਕੁਛ ਬਿਮਾਰ ਹੋਣ ਦਾ ਕਰਕੇ ਸੈਂਟਰ ਦਾ ਉਦਘਾਟਨ ਨਹੀਂ ਸੀ ਕੀਤਾ ਗਿਆ, ਤਾਂ ਪਿੰਡ ਵਾਸੀਆਂ ਦੀ ਮੰਗ ਸੀਗੀ ਕਿ ਹਾਂ ਉਦਘਾਟਨ ਕਰਨਾ ਹੈਗਾ, ਤਾਂ ਅੱਜ ਅਸੀਂ ਇੱਥੇ ਉਦਘਾਟਨ ਕਰਨ ਪਹੁੰਚੇ ਹੈਗੇ ਹੈਗੇ, ਤਾਂ ਵੱਡੀ ਗਿਣਤੀ ਦੇ ਵਿੱਚ ਲੜਕੀਆਂ ਜੋ ਹੈਗੀਆਂ ਨੇ ਉਹ ਇਸ ਸਿਲਾਈ ਲੈ ਰਹੀਆਂ ਹਨ, ਸਿਲਾਈ ਔਰ ਜਿੰਨੀਆਂ ਲੜਕੀਆਂ ਇੱਥੇ ਸਿਖਲਾਈ ਲੈ ਰਹੀਆਂ ਹਨ ਉਹਨਾਂ ਨੂੰ 5 ਕੋਰਸ ਫ੍ਰੀ ਕਰਾਏ ਜਾਣਗੇ, 5 ਕੋਰਸਾਂ ਦੇ ਵਿੱਚ ਅਲੱਗ ਅਲੱਗ ਉਹਨਾਂ ਨੂੰ ਮਤਲਬ ਜੋ ਹੈਗੀ ਟ੍ਰੇਨਿੰਗ ਦਿੱਤੀ ਜਾਊਗੀ, ਜਿੱਥੇ ਕੋਈ ਟੀਚਰ ਵਿੱਚ ਬਹੁਤ ਹੋਈ ਹੋਵੇ ਉਹਨਾਂ ਨੂੰ ਟੀਚਰ ਵੀ ਹੋਰ ਦਿੱਤਾ ਜਾਏਗਾ। ਇਹ ਜੋ ਸਿਲਾਈ ਸੈਂਟਰ ਚੱਲ ਰਿਹਾ ਹੈ ਇਹ ਏਕਨੂਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਚੱਲ ਰਿਹਾ ਹੈ, ਜੋ ਕਿ ਸਾਡੀ ਸਾਰੀ ਟੀਮ ਦਾ ਬਹੁਤ ਵਧੀਆ ਸਹਿਯੋਗ ਹੈ, ਸਾਰੀ ਟੀਮ ਦੇ ਨਾਲ ਰਲ ਮਿਲ ਕੇ ਇੱਥੇ ਜੋ ਸੈਂਟਰ ਹੈਗਾ ਸੀ ਖੋਲ੍ਹਿਆ ਗਿਆ ਸੀਗਾ, ਔਰ ਉਮੀਦ ਕਰਦੀ ਹਾਂ ਕਿ ਜੋ ਇੱਥੋਂ ਦੀਆਂ ਲੜਕੀਆਂ ਹਨ ਉਹ ਕੰਮ ਸੇਵ ਸਿੱਖ ਕੇ ਆਤਮ ਨਿਰਭਰ ਬਣਨਗੀਆਂ ਔਰ ਆਪਣਾ ਕਾਰੋਬਾਰ ਜੋ ਹੈਗਾ ਉਹ ਅੱਗੇ। ਅਤੇ ਹੁਣ ਤੱਕ ਤੁਸੀਂ ਕਿੰਨੇ ਸੈਂਟਰ ਖੋਲ੍ਹ ਚੁੱਕੇ ਹੋ ਇਸ ਤਰ੍ਹਾਂ? ਹਾਂਜੀ, ਹੁਣ ਤੱਕ ਸਾਡੇ ਜੋ ਹੈਗੇ ਨੇ ਕਿਉਂਕਿ ਸੈਂਟਰ ਪੂਰੇ ਹੋ ਚੁੱਕੇ ਨੇ ਜੀ, 20 ਸੈਂਟਰ ਪੂਰੇ ਹੋ ਚੁੱਕੇ ਨੇ ਜੀ, ਜਿਨ੍ਹਾਂ ਦੇ ਵਿੱਚੋਂ ਮਤਲਬ ਜੋ ਕੰਪਲੀਟ ਹੋਏ ਨੇ ਉਹਨਾਂ ਨੂੰ ਸਿਲਾਈ ਮਸ਼ੀਨਾਂ ਔਰ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਕੇ ਉਹ ਲੜਕੀਆਂ ਨੂੰ ਲੋਹੜੀ ਧੀਆਂ ਦੀ ਮਨਾ ਕੇ ਉਹਨਾਂ ਨੂੰ ਰੁਜ਼ਗਾਰ ਦੇ ਦਿੱਤਾ ਗਿਆ ਹੈ, ਜਿਨ੍ਹਾਂ ਲੜਕੀਆਂ ਨੇ ਬੁਟੀਕ ਖੋਲ੍ਹਣੀ ਸੀ ਉਹਨਾਂ ਨੇ ਬੁਟੀਕ ਖੋਲ੍ਹ ਲਿੱਤੀ ਹੈਗੀ ਹੈ, ਔਰ ਜਿਨ੍ਹਾਂ ਲੜਕੀਆਂ ਨੇ ਬੁਟੀਕ 'ਤੇ ਕੰਮ ਕਰਨਾ ਸੀ ਪੇਮੈਂਟਾਂ 'ਤੇ ਉਹ ਕੰਮ ਕਰ ਰਹੀਆਂ ਹਨ, ਕੁਝ ਲੜਕੀਆਂ ਕੋਈ ਮਤਲਬ ਕਿ ਬਾਹਰ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੀਆਂ ਹਨ, ਜੋ ਕਿ ਸਾਡੀਆਂ ਫੈਕਟਰੀਆਂ ਜਿੱਥੇ ਰੈਡੀਮੇਡ ਕੱਪੜੇ ਬਣਦੇ ਹਨ ਉੱਥੇ ਕੰਮ ਕਰੀ ਜਾਂਦੇ ਹਨ, ਤਾਂ ਉਹ ਵੀ ਚੰਗੀ ਇਨਕਮ ਪਾ ਰਹੀਆਂ ਹਨ। ਮੈਡਮ, ਜਿਹੜਾ ਤੁਸੀਂ ਇਹ ਸਿਲਾਈ ਸੈਂਟਰ ਖੋਲ੍ਹ ਰਹੇ ਹੋ ਇਹਦੇ ਨਾਲ ਨਾਲ ਜਿਹੜੀ ਤੁਹਾਡੀ ਏਕਨੂਰ ਵੈਲਫੇਅਰ ਸੰਸਥਾ ਹੈਗੀ ਇਹਦੇ ਵੱਲੋਂ ਹੋਰ ਕੀ ਜਿਹੜੇ ਕੰਮ ਕੀਤੇ ਜਾ ਰਹੇ ਹਨ? ਏਕਨੂਰ ਵੱਲੋਂ ਕਾਫੀ ਸਾਰੇ ਕੰਮ ਕੀਤੇ ਜਾ ਰਹੇ ਹਨ, ਜਿਵੇਂ ਕਿ ਕੰਮ ਕੋਈ ਵੀ ਹੋਵੇ, ਜਿਵੇਂ ਕੋਈ ਮਤਲਬ ਡਿਲੀਵਰੀ ਕੇਸ ਨੇਗੇ, ਜੋ ਮਤਲਬ ਡਿਲੀਵਰੀ ਕੇਸ ਸਾਡੇ ਕੁਛ ਮਤਲਬ ਜਿਵੇਂ ਸਲੰਮ ਏਰੀਏ ਦੇ ਹੈਗੀਆਂ ਨੇਗੀਆਂ ਲੜਕੀਆਂ, ਜਿਨ੍ਹਾਂ ਦੇ ਕਿ ਬਾਹਰ ਆਪਣੇ ਮੰਨ ਲਓ ਸਟੇਸ਼ਨਾਂ 'ਤੇ ਬੈਠੇ ਹੁੰਦੇ, ਕਿਤੇ ਹੋਰ ਬੈਠੇ ਹੁੰਦੇ ਨੇਗੇ, ਉਹਨਾਂ ਨੂੰ ਡਿਲੀਵਰੀ ਕੇਸ ਉਹਨਾਂ ਦੇ ਕਰਵਾਉਣੇ ਸੀ, ਸਾਡੇ ਤੱਕ
ਜਿਹੜੇ ਸਾਡੇ ਏ ਕਲੂਰ ਵੈਲਫੇਅਰ ਵੱਲੋਂ ਜੋ ਸਾਡੇ ਭੈਣ ਭਾਈਆਂ ਨੂੰ ਛੱਤਾਂ ਦੀ ਜ਼ਰੂਰਤ ਹੈ, ਜੋ ਬਿਲਕੁਲ ਹੀ ਲੋੜਵੰਦ ਹਨ, ਜਿਨ੍ਹਾਂ ਦੇ ਵਿੱਚ ਮਤਲਬ ਕਿ ਇੰਨਾ ਕੁ ਮਤਲਬ ਕੋਈ ਬਜ਼ੁਰਗ ਜੋੜਾ ਹੈ, ਉਹਨਾਂ ਨੂੰ ਰਾਸ਼ਨ ਪਾਣੀ ਛੱਤਾਂ ਵਗੈਰਾ ਜੋ ਵੀ ਹੈਗਾ, ਬੱਚਿਆਂ ਨੂੰ ਪੜ੍ਹਾਈ ਲਿਖਾਈ ਕਿਤਾਬਾਂ ਕਾਪੀਆਂ ਔਰ ਬੱਚਿਆਂ ਦੀ ਐਡਮਿਸ਼ਨ ਕਰਵਾਉਣੀ, ਤਾਂ ਉਹਨਾਂ ਵੱਲ ਸਾਰਾ ਹੀ ਧਿਆਨ ਦਿੱਤਾ ਜਾਂਦਾ ਹੈ, ਔਰਤਾਂ ਨੂੰ ਉਹਨਾਂ ਦੇ ਹੱਕਾਂ ਬਾਰੇ ਦੱਸਿਆ ਜਾਂਦਾ ਹੈ। ਮੈਡਮ, ਜਿਵੇਂ ਤੁਹਾਡਾ ਨਾ ਨਾਮ ਹੈਗਾ ਪੰਜਾਬ ਦੇ ਵਿੱਚ ਜੀਤ ਦਈਆ ਦੇ ਨਾਮ ਨਾਲ ਸਾਰੀ ਦੁਨੀਆ ਦੇ ਵਿੱਚ ਜਾਣਦੇ ਆ, ਅਤੇ ਕੋਈ ਲੋਕ ਇਹ ਸਵਾਲ ਕਰਦੇ ਵੀ ਸ਼ਾਇਦ ਕਿਤੇ ਨਾ ਕਿਤੇ ਵੀ ਰਾਜਨੀਤੀ ਨਾਲ ਜੁੜ ਸਕਦੇ ਆ ਜਾਂ ਰਾਜਨੀਤੀ ਇਹਨਾਂ ਦਾ ਮਕਸਦ ਨਾ ਹੋਵੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਗਲਤ ਜੀ ਇਹ ਸਵਾਲ, ਜਿਵੇਂ ਕਿ ਮੰਨ ਲਓ ਕਿ ਅੱਜ ਕੱਲ੍ਹ ਵੈਸੇ ਹਰ ਪਾਸੇ ਇਹੀ ਚਰਚਾ ਹੈ ਵੀ ਸ਼ਾਇਦ ਅਸੀਂ ਜੋ ਹੈਗਾ ਰਾਜਨੀਤੀ ਪਾਉਣ ਲਈ ਕੰਮ ਕਰ ਰਹੇ ਹਾਂ, ਪਰ ਮੈਂ ਅੱਜ ਵੀ ਇਹ ਕਹਿ ਦੇਣਾ ਚਾਹੁੰਦੀ ਹਾਂ ਕਿ ਮੇਰਾ ਕੋਈ ਰਾਜਨੀਤੀ 'ਚ ਨਾ ਤਾਂ ਹਜੇ ਤੱਕ ਕੋਈ ਦਿਲਚਸਪੀ ਹੈ ਔਰ ਨਾ ਹੀ ਕੋਈ ਆਉਣ ਦੀ ਮਤਲਬ ਕਿ ਉਮੀਦ ਹੈ। ਮੈਂ ਸਿਰਫ ਇੱਕ ਸਮਾਜ ਸੇਵਾ ਕਰਦੀ ਹਾਂ, ਜੋ ਕਿ ਸਾਡੇ ਮਤਲਬ ਕਿ ਬਹੁਤ ਹੀ ਘੱਟ ਸਮਾਜ ਸੇਵੀ ਹਨ ਜੋ ਮਤਲਬ ਕਿ ਤਨੋ ਮਨੋ ਕਰਦੇ ਹਨ, ਅਸੀਂ ਜੋ ਹੈਗਾ ਦਿਲੋਂ ਉਹ ਸਮਾਜ ਸੇਵਾ ਕਰ ਰਹੇ ਹਾਂ, ਕੋਈ ਰਾਜਨੀਤੀ ਨਾਲ ਕਿਸੇ ਨਾਲ ਸਾਡਾ ਕੋਈ ਮਤਲਬ ਲਿੰਕ ਨਹੀਂ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।